ਪਰ ਕੈਥਲ ਤੋਂ ਕੁਝ ਲੋਕ ਮਿਲਣ ਆ ਰਹੇ ਖਾਲਸਾ ਜੀ ਜਿਹੜੇ ਸਿੰਘ ਅਸੀਂ ਪੰਜਾਬ ਚਿੱਠੀਆਂ ਦੇ ਕੇ ਭੇਜੇ ਸੀ ਉਹ ਕੁਝ ਖਬਰਸਾਰ ਲੈ ਕੇ ਆਏ ਨੇ ਹਾਂ ਹਾਂ ਭੇਜੋ ਉਹਨਾਂ ਨੂੰ ਸਿੰਘ ਜੀ ਮੈਂ ਸਮਾਣੇ ਜਾ ਕੇ ਆਇਆ ਜੀ ਸਮਾਣੇ ਨੂੰ ਜੇਕਰ ਅਸੀਂ ਬਾਹਰ ਤੋਂ ਦੇਖੀਏ ਤਾਂ ਬੜਾ ਖੂਬਸੂਰਤ ਲੱਗਦਾ ਹੈ ਜੇ ਅੰਦਰ ਜਾਈਏ ਤਾਂ ਹਾਲਾਤ ਕੁਝ ਹੋਰ ਹੀ ਨੇ ਮੇਰਾ ਕਰਜ਼ਾ ਚੁਕਾਏ ਬਗੈਰ ਸਮਾਣੇ ਤੋਂ ਭੱਜਣ ਦੀ ਕੋਸ਼ਿਸ਼ ਹੋ ਗਈਆਂ ਪਰ ਤੁਹਾਡਾ ਕਰਜ਼ਾ ਨਹੀਂ ਉਤਰਿਆ ਥੱਕ ਗਿਆ ਤੁਹਾਡਾ ਕਰਜ਼ਾ ਲਾ ਲਾ ਕੇ ਇਸ ਬੱਚੇ ਤੇ ਰਹਿਮ ਕਰੋ ਤੇ ਮੈਨੂੰ ਮੁਕਤ ਕਰੋ ਇਹਨੂੰ ਮੁਕਤੀ ਜਾਨੋ ਮਾਰ ਕੇ ਪੁੱਠਾ ਟੰਗ ਦਿਓ ਇਹ ਸਮਾਣਾ ਹੈ ਸਮਾਣਾ ਇੱਥੋਂ ਕੋਈ ਵੀ ਮੇਰਾ ਕਰਜ਼ਾ ਚੁਕਾਏ ਬਗੈਰ ਨਹੀਂ ਜਾ ਸਕਦਾ ਕੀ ਕਰਜ਼ਾ ਸੀ ਉਸ ਕੋਲ ਕਰਜ਼ਾ ਤਾਂ ਕੁਝ ਹੈ ਹੀ ਨਹੀਂ ਪਹਿਲਾਂ ਤਾਂ ਉਹ ਗਰੀਬ ਤੋਂ ਕੰਮ ਕਰਾਉਂਦੇ ਨੇ ਜਦੋਂ ਫਿਕਰੀ ਇੱਕ ਡੰਗ ਦੀ ਰੋਟੀ ਦਿੰਦੇ ਨੇ ਫਿਰ ਜਦੋਂ ਉਹ ਭੁੱਖੇ ਮਰਦੇ ਰੋਟੀ ਲਈ ਹੋਰ ਪੈਸੇ ਮੰਗਦੇ ਨੇ ਤਾਂ ਉਹਨਾਂ ਦੇ ਹੀ ਹੱਕ ਦੇ ਪੈਸੇ ਉਹਨਾਂ ਨੂੰ ਕਰਜ਼ੇ ਦੇ ਰੂਪ ਵਿੱਚ ਦਿੱਤੇ ਜਾਂਦੇ ਨੇ ਤਾਂ ਕਿ ਉਹ ਸਾਰੀ ਉਮਰ ਉਹਨਾਂ ਥੱਲੇ ਦੱਬੇ ਰਹਿਣ ਇਹ ਲੋਕ ਪੁਸ਼ਤਾਂ ਦਰ ਪੁਸ਼ਤਾਂ ਕਰਜ਼ੇ ਦੀ ਚੱਕੀ ਵਿੱਚ ਪਿਸਦੇ ਆ ਰਹੇ ਨੇ ਜੇ ਕਿਸੇ ਦਾ ਮਰਿਆ ਆਪਣਿਆਂ ਨੂੰ ਉਹਨਾਂ ਦੇ ਧਰਮ ਅਨੁਸਾਰ ਵਿਦਾਈ ਨਾ ਮਿਲੇ ਤਾਂ ਸੋਚੋ ਕੀ ਹਾਲਤ ਹੁੰਦੀ ਹੋਣੀ ਉਹੀ ਹਾਲਤ ਸਟੋਰੇ ਦੇ ਲੋਕਾਂ ਦੀ ਆਪਣੇ ਮਰਿਆ ਨੂੰ ਤਾਂ ਪੈਦਾ ਰਵਾਂਗੇ ਬੋਲਦਾ ਸਾਹਿਬ ਤੁਸੀਂ ਮੈਨੂੰ ਮੇਰੇ ਬਾਪੂ ਜੀ ਦਾ ਅੰਤਿਮ ਸੰਸਕਾਰ ਕਰਦੇ ਹੋ ਤੇਰੀ ਇੰਨੀ ਜੁਰਅਤ ਤੂੰ ਸਟੋਰੇ ਦਾ ਕਾਨੂੰਨ ਤੋੜਿਆ ਇਹਦੀ ਤੇ ਇਹਦੇ ਬਾਪ ਦੀ ਲਾਸ਼ ਨੂੰ ਇੱਥੇ ਦਫ਼ਨ ਕਰ ਦਿਓ ਚੁੱਕ ਪੋਲਿਸ਼ ਮੈਂ ਦੇਖ ਕੇ ਆਇਆ ਉਸ ਨੂੰ ਦੱਸਿਆ ਮੇਰਾ ਸਿਰ ਸ਼ਰਮ ਨਾਲ ਚੁੱਕ ਜਾਂਦਾ ਇਹੋ ਜਿਹਾ ਕੀ ਹੁੰਦਾ ਉੱਥੇ ਡੋਲੀ ਕਿਸ ਜਾਤ ਦੀ ਜਾਂ ਕਿਸ ਧਰਮ ਦੀ ਹੋਵੇ ਕਪੂਰੀ ਵਿੱਚ ਉਸਦਾ ਪਹਿਣਾ ਕਾਦਰੁਲ ਦੀਨ ਦੀ ਹਵੇਲੀ ਤੋਂ ਹੁੰਦਿਆ ਹੋਇਆ ਹੁਣ ਲਿਜਾ ਸਕਦੇ ਹੋ ਆਪਣੀ ਧੀ ਨੂੰ ਇਹਦੇ ਪਤੀ ਕੋਲ ਕਾਦਰੁਲ ਦੀਨ ਦੀ ਹੈਵਾਨੀਅਤ ਦੇ ਡਰ ਤੋਂ ਕਪੂਰੀ ਦੇ ਲੋਕਾਂ ਨੂੰ ਇਸ ਰਸਮ ਦੀ ਜਿਵੇਂ ਆਦਤ ਹੀ ਹੋ ਗਈ ਹੋਵੇ ਬਾਕੀ ਕੈਥਲ ਦੇ ਭਵਾਨੇ ਬਸ ਸਾਡਾ ਪੰਜਾਬ ਦਾ ਨਰਕ ਦੀ ਪੱਟੀ ਚ ਗਰਕ ਹੋ ਗਿਆ ਹੈ ਮਾਧੋ ਦਾਸ ਉਹ ਕਿਹੜਾ ਐਸਾ ਮੰਤਰ ਹੈ ਜਿਹੜਾ ਸ਼ਰੇਆਮ ਹੋ ਰਹੇ ਅਤਿਆਚਾਰ ਵਾਲੀ ਤੇਰਾ ਧਿਆਨ ਨਹੀਂ ਜਾਣ ਦਿੰਦਾ ਮੇਰੀ ਮਨ ਇੱਕ ਵਾਰ ਫਿਰ ਤੋਂ ਸਫ਼ਰ ਸ਼ੁਰੂ ਕਰ ਰਾਹ ਵਿੱਚ ਤੈਨੂੰ ਗਰੀਬ ਮਿਹਨਤ ਕਸ਼ ਰੋਂਦੇ ਹੋਏ ਕਿਸਾਨ ਮਿਲਣਗੇ ਉਹਨਾਂ ਦੇ ਹੰਝੂ ਪੂੰਜੀ ਉਹਨਾਂ ਦੀਆਂ ਮੁਸਕਰਾਹਟਾਂ ਪਿੱਛੇ ਬੈਠਾ ਪਰਮਾਤਮਾ ਤੇਰੀ ਉਡੀਕ ਕਰ ਰਿਹਾ ਹੈ ਅਸੀਂ ਆਪਣੇ ਬੰਦਿਆਂ ਨਾਲ ਇਸ ਵਕਤ ਇੱਥੇ ਆ ਸਾਡਾ ਮਕਸਦ ਸਰਹੰਦ ਹੈ ਪਰ ਸਰਹੰਦ ਪਹੁੰਚਣ ਤੱਕ ਸਾਨੂੰ ਸਭ ਤੋਂ ਪਹਿਲੇ ਸਮਾਣੇ ਤੱਕ ਦਾ ਸਫ਼ਰ ਤੈਅ ਕਰਨਾ ਹੋਵੇਗਾ ਪਰ ਸਮਾਣੇ ਦੀਆਂ ਫੌਜਾਂ ਦੀ ਗਿਣਤੀ ਤਾਂ ਕਾਫੀ ਹੈ ਹਾਂ ਉਮੀਦ ਹੈ ਸਾਡੀ ਭੇਜੀਆਂ ਹੋਈਆਂ ਚਿੱਠੀਆਂ ਰਾਹੀਂ ਤਦ ਤੱਕ ਸਾਡੇ ਨਾਲ ਹਜ਼ਾਰਾਂ ਲੋਕ ਜੁੜ ਚੁੱਕੇ ਹੋਣਗੇ ਤੇ ਸਮਾਣੇ ਤੱਕ ਪਹੁੰਚਣ ਦਾ ਖਰਚਾ ਕੈਥਲ ਤੇ ਸੋਨੀਪਤ ਦੇ ਅਮੀਰਾਂ ਚੌਧਰੀਆਂ ਤੇ ਫੌਜਦਾਰਾਂ ਨੇ ਆਪਣੇ ਤੇ ਗਰੀਬਾਂ ਤੋਂ ਲੁੱਟੇ ਹੋਏ ਪੈਸੇ ਸਰਕਾਰੀ ਖਜ਼ਾਨੇ ਚ ਰੱਖੇ ਹੋਏ ਨੇ ਮੇਰੀ ਨਜ਼ਰ ਉਹਨਾਂ ਤੇ ਹੈ ਆਪ ਜੀ ਪੰਜ ਪਿਆਰਿਆਂ ਦੀ ਕੀ ਰਾਏ ਹੈ